ਅਜਿ ਮੈਨਰਪ੍ਰੈਸ਼ਰ ਦੇ ਵਾਸਤੇ ਕੀ ਕਹਿੰਦੇ ਹੋ ਕਿ ਕਿਦਾਂ ਮਤਲਬ ਹੁੰਦਾ ਹੈ ਕਿਉਂ ਹੁੰਦਾ ਹੈ ਉਹਦਾ ਇਹ ਤੇ ਆਤ ਇਲਾਜ ਇਹਦੇ ਤੇ ਥੋੜੀ ਰੋਸ਼ਨੀ ਬਲੱਡ ਪ੍ਰੈਸ਼ਰ ਦੇ ਵੀ ਇਹੀ ਸੁਭਾਵ ਨੇ ਹਰ ਬੰਦੇ ਦੀ ਇੱਕ ਬੰਦੇ ਦੀ ਬੰਦੇ ਦੇ ਮੁਸਲਫ ਕੰਮ ਨੇਗੇ ਪੇਸ਼ੇ ਨੇਗੇ ਕੋਈ ਦਫਤਰੀ ਆਦਮੀ ਹੈ ਕੋਈ ਮਨਤਜ਼ਮ ਹੈਗਾ ਕੋਈ ਕੰਮ ਕਰਨ ਵਾਲਾ ਮਜ਼ਦੂਰ ਆਦਮੀ ਹੈ ਕੋਈ ਕਿਸੇ ਦਾ ਹੁਕਮਨ ਵਾਲਾ ਹੈ ਕਮੀ ਕਮੀਨ ਕਿ ਜਿਹਨੂੰ ਕਹ ਦਿੰਦੇ ਨੇ ਅੰਗਰੇਜ਼ ਨੇ ਨਾਮ ਦਿੱਤਾ ਹੈ ਕਮੀ ਕਮੀਨ ਇਹ ਤੁਹਾਡਾ ਹਾਲਾਂਕਿ ਉਹ ਹੀ ਇੰਜੀਨੀਅਰ ਬੇਹਤਰੀਨ ਕੰਮ ਕਰਾਂ ਉਹ ਮੁxtਲਫ ਪੇਸ਼ਿਆਂ ਦੇ ਲੋਕਾਂ ਦੇ ਮੁxtਲਫ ਮਾਹੌਲ ਦੇ ਲੋਕਾਂ ਦਾ ਬਲੱਡ ਪ੍ਰੈਸ਼ਰ ਉਹਨਾਂ ਦੇ ਮਾਹੌਲ ਦੇ ਮੁਤਾਬਕ ਉਹਨਾਂ ਦੇ ਪੇਸ਼ੇ ਦੇ ਮੁਤਾਬਕ ਉਹਨਾਂ ਦੇ ਕੰਮ ਦੇ ਮੁਤਾਬਕ ਉਤਾਰਦਾ ਚੜਦਾ ਰਹਿੰਦਾ ਹੈ ਔਰ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਮਸਲਨ ਇੱਕ ਸਿਪਾਸਲਾ ਆਰੇਗਾ ਉਹਦਾ ਬਲੱਡ ਪ੍ਰੈਸ਼ਰ ਹਾਈ ਹੋਣਾ ਚਾਹੀਦਾ ਹੈ muntazim ਉਹਦਾ ਬਲੱਡ ਪ੍ਰੈਸ਼ਰ ਹਾਈ ਹੋਣਾ ਚਾਹੀਦਾ ਤਾਂ ਹੀ ਕਾਬੂ ਪਾ ਸਕਕੇ ਕਿ ਨਹੀਂ ਤੇ ਉਹਦੇ ਮਤਾਇ ਤਾਂ ਨਹੀਂ ਮੰਨਣੀ ਉਹਨੇ ਹੁਕਮ ਹੀ ਨਹੀਂ ਕਰ ਪਾਉਣਾ ਉਹਨੇ ਤਾਂ ਖੌਫzada ਰਹਿਣਾ ਕਿ ਮੈਂ ਇਹਨੂੰ ਕਵਾਂ ਜਾਂ ਨਾ ਕਵਾਂ ਉਹਦਾ ਬਲੱਡ ਪ੍ਰੈਸ਼ਰ ਹਾਈ ਹੈ ਉਹਦੀ ਸਿਹਤ ਹੈਗੀ ਉਹਦਾ ਕੰਮ ਦਾ ਪੇਸ਼ੇ ਦੇ ਲਿਆ ਦੇਣਾ ਉਹ ਰਹਿਣਾ ਚਾਹੀਦਾ ਉਹਦਾ ਬਲੱਡ ਪ੍ਰੈਸ਼ਰ ਹੁਣ ਚੈੱਕ ਕਰਾਂਗੇ ਤੇ ਉਹਦੇ ਹਾਈ ਹੋਣਾ ਤੇ ਅੱਜ ਕੱਲ ਤੇ ਮੌਤ ਪੈ ਜਾਣੀ ਹੈ ਕਿ ਇਹ ਬੜਾ ਵਧੀਆ ਹੋਇਆ ਲਿਆਦਾ ਉਹਦਾ ਬਲੱਡ ਪ੍ਰੈਸ਼ਰ ਤੋੜਿਆ ਤੁਹਾਡਾ ਫੌਜ ਤੁਹਾਡੀ ਸਿਪਾਹਸਲਾਰ ਤੁਹਾਡਾ ਜਰਨੈਲ ਉਹਦੇ ਚੋਂ ਕੂਤਾਂ ਨਹੀਂ ਰਹਿ ਜਾਣੀ ਉਹ ਕੂਤੇ ਫੈਸਲਾ ਨਹੀਂ ਰਹਿ ਜਾਣੀ ਜੱਜ ਦਾਵੇਗਾ ਉਹਨੇ ਫੈਸਲਾ ਕਰਨਾ ਉਹਨੇ ਅਗਰ ਡੰਡੀ ਨਹੀਂ ਮਾਰਨੀ ਬਿਲਾ ਧੜਕ ਕਰਨਾ ਹੈਗਾ ਤੇ ਉਹਨੂੰ ਉਹਦਾ ਬਲੱਡ ਪ੍ਰੈਸ਼ਰ ਹਾਈ ਹੋਣਾ ਚਾਹੀਦਾ ਵਕੀਲ ਤੇ ਬੜੇ ਲੜਾਕੂ ਵੀ ਹੁੰਦੇ ਨੇ ਮਦਈ ਵੀ ਬੜਾ ਲੜਾਕੂ ਵੀ ਜਿਹੜਾ ਮੁਲਜ਼ਮ ਹੁੰਦਾ ਉਹ ਵੀ ਆਪਣੇ ਆਪ ਨੂੰ ਦਿਫਾਅ ਕਰਨ ਵਾਸਤੇ ਬੜਾ ਲੜਾਕਾ ਹੁੰਦਾ ਉੱਥੇ ਜੱਜ ਨੂੰ ਹਾਈ ਬਲੱਡ ਪ੍ਰੈਸ਼ਰ ਹੋਏਗਾ ਤੇ ਕਾਬੂ ਪਾਏਗਾ ਉਹਦਾ ਬਲੱਡ ਪ੍ਰੈਸ਼ਰ ਵੀ ਹਾਈ ਹੋਣਾ ਚਾਹੀਦਾ ਲੇਕਿਨ ਹਾਈ ਤੋਂ ਮਰਾਦ ਉਸ ਲੈਵਲ ਦਾ ਉਸ ਉਸ ਕੈਟਾਗਰੀ ਤੇ ਜਾ ਕੇ ਉਹ ਹਾਈ ਜਿਹੜਾ ਉਹਦਾ ਲੈਵਲ ਤੇ ਆ ਉਹ ਇਤਦਾਲ ਤੇ ਆ ਅਗਰ ਉਹਨਾਂ ਚੈੱਕ ਕੀਤਾ ਤੇ ਉਹਦੇ ਹਾਈ ਹੈਗਾ ਮਸ਼ੀਨਾਂ ਦਾ ਮਸ਼ੀਨਾਂ ਦਾ ਕੀ ਮਸ਼ੀਨ ਨੂੰ ਕੀ ਪਤਾ ਬੀਪੀ ਅਪਰੇਟਰ ਨੂੰ ਕੀ ਪਤਾ ਕਿਉਂ ਵਧਿਆ ਉਹ ਕਿਉਂ ਉਹਦਾ ਜਵਾਬ ਤੇ ਹੁਣ ਤੁਸੀਂ ਜਿਹੜਾ ਹੈ ਨਾ ਸੋਚ ਕੇ ਡਾਕਟਰ ਜਿਹੜਾ ਪੜ੍ਹਿਆ ਹੈ ਉਹ ਮਸ਼ੀਨ ਤੋਂ ਮਸ਼ੀਨ ਤੋਂ ਹਟ ਕੇ ਆਪਣੇ ਇਲਮ ਦੀ ਬੁਨਿਆਦ ਤੇ ਜਾਏ ਜਿਹੜਾ ਉਹ ਅੱਲਾਹ ਨੇ ਇਲਮ ਦਿੱਤਾ ਹੈ ਠੀਕ ਹੈ ਦੂਸਰਾ ਇੱਕ ਤੁਹਾਡਾ ਜੀ ਜੀ ਕਰਦਾ ਫਿਰਦਾ ਤੁਸੀਂ ਉਹਨੂੰ ਗਾਲੀ ਵੀ ਕੱਢ ਦਿੰਦੇ ਮੌਕੇ ਮੋਂ ਫਿਰ ਵੀ ਜੀ ਕਰਦਾ ਉਹਦਾ ਬਲੱਡ ਪ੍ਰੈਸ਼ਰ ਵਧਿਆ ਤਾਂ ਉਹ ਛੁਰਾ ਕੰਮ ਮਰਦੇ ਆ ਜਾਏਗਾ ਤੁਹਾਡੇ ਲੜਾਈ ਕਰਨ ਦੇ ਉਹਦਾ ਬਲੱਡ ਪ੍ਰੈਸ਼ਰ ਨੂੰ ਥੱਲੇ ਹੀ ਰਹਿਣਾ ਭਾਜੀ ਜਿੰਨਾ ਮਰਦੀ ਉਹਨੂੰ ਕਈ ਰੱਖੋ ਇਹ ਕੈਟਾਗਰੀਆਂ ਨਹੀਂ ਗਿਆ ਉਸ ਲਿਆ ਦੇਣਾ ਇੱਥੇ ਕੈਟਾਗਰੀ ਬਣੇ ਇੱਥੋਂ ਲੱਗ ਕੇ ਇੱਥੋਂ ਤੱਕ ਬਲੱਡ ਪ੍ਰੈਸ਼ਰ ਹੋਣਾ ਚਾਹੀਦਾ ਤੇ ਦਾਲ ਜੀ ਦੇ ਉੱਤੇ ਵਕਤ ਦੇ ਲਿਆ ਦੇਣਾ ਪਤਾ ਨਹੀਂ ਉਹਨੂੰ ਗੁੱਸੇ ਵਾਲਾ ਹੀ ਮਾਹੌਲ ਮਿਲਿਆ ਅੱਗੇ ਫੇਸ ਹੀ ਉਹਨ ਕਿਦੇ ਨਾਲ ਕਰਨਾ ਪੈ ਰਿਹਾ ਨਹੀਂ ਇਹ ਇਹ ਆ ਗਿਆ ਦੂਸਰਾ ਖਾਣ ਦੇ ਨਾਲ ਉਹ ਚੀਜ਼ਾਂ ਹੀ ਇਹੋ ਜੀਆਂ ਖਾਈ ਜਾਂਦਾ ਸ਼ਰਾਬ ਪੀਵੀ ਜਾਂਦਾ ਗੋਸ਼ਤ ਖਾਈ ਜਾਂਦਾ ਬਾਹਰੋਂ 버ਗਰ ਸ਼ਰਗਰ ਖਾਈ ਜਾਂਦਾ ਉਲ ਪਟਾਂਖ ਖਾਈ ਜਾਂਦਾ ਵੇਗਾ ਉਹਨੇ ਵੀ ਇਤਦਾਲ ਤੋਂ ਉਰਤੇ ਉਹਦੇ ਨਾਲ ਵੀ ਵੱਧ ਪਣਾ ਠੀਕ ਹੈ ਫਿਰ ਕਿਸੇ ਦੀ ਕੋਈ ਚੀਜ਼ ਕਿਸੇ ਨੂੰ ਦਬਾਇਆ ਹੀ ਹੋਇਆ ਉਹ ਜ਼ਬਰਦਸਤੀ ਦਬਾਇਆ ਉਹਦਾ ਵੀ ਬਲੱਡ ਪ੍ਰੈਸ਼ਰ ਵੱਧ ਰਿਹਾ ਹੋਣ ਅੰਦਰ ਲੇਕਿਨ ਉਹਦਾ ਇਜ਼ਹਾਰ ਨਹੀਂ ਕਰ ਪਾ ਰਿਹਾ ਅੱਗੇ ਮੁਕਾਬਲਾ ਨਹੀਂ ਕਰ ਪਾ ਰਿਹਾ ਬਲੱਡ ਪ੍ਰੈਸ਼ਰ ਤੋਂ ਉਹਦਾ ਹੀ ਵੱਧ ਰਿਹਾ ਹੈ ਯਾਨੀ ਅੰਦਰੋਂ ਅੰਦਰ ਹੀ ਉਸਾ ਉਹਦੇ ਚੱਕਰ ਹੋਗੇ ਤੇ ਉਹਦੇ ਦਾਗ ਲੱਗੀ ਹੋਈ ਬਲੱਡ ਪ੍ਰੈਸ਼ਰਾਈ ਹੋਣਾ ਕੋ ਮਰ ਉਧਰੋਂ ਠੰਡ ਲੱਗ ਗਈ ਜੀ ਕਿਸੇ ਨੂੰ ਦੂਸਰਾ ਪਹਿਲੂ ਇੱਕ ਹੋਰ ਸਰਦੀ ਲੱਗ ਗਈ ਉਹ ਸਰਦੀ ਦਾ ਮੁਕਾਬਲਾ ਕਰਨ ਲਈ ਪਾਸੇ ਬਲੱਡ ਪ੍ਰੈਸ਼ਰ ਅੰਦਰ ਵਧਿਆ ਹੁੰਦਾ ਆਲੇ ਨੇ ਦੱਸ ਦੇਣਾ ਉਥੇ ਤਾਂ ਘਟਿਆ ਹੋਇਆ ਬਲੱਡ ਪ੍ਰੈਸ਼ਰ ਇੱਥੇ ਗਰਦਨ ਖਿੱਚੀ ਜਾਂਦੀ ਐ ਅਕਸਰ ਲੋਕਾਂ ਦੀ ਚੱਕਰ ਆਈ ਜਾਂਦੇ ਨੇ ਚੱਕਰ ਹੋ ਗਏ ਬਲੱਡ ਪ੍ਰੈਸ਼ਰ ਵਧਿਆ ਉਥੇ ਬਲੱਡ ਪ੍ਰੈਸ਼ਰ ਘਟਿਆ ਆਇਆ ਤਾਂ ਹੀ ਚੱਕਰ ਆ ਰਹੇ ਖੂਨ ਨਹੀਂ ਦਿਮਾਗ ਨੂੰ ਮਿਲ ਰਿਹਾ ਖੁਦ ਕਾਰਨ ਨਿਜ਼ਾਮ ਜਿਹੜਾ ਉਹ ਕਹਿੰਦਾ ਦਿਮਾਗ ਦਾ ਖੂਨ ਜਿਹੜਾ ਇੱਥੇ ਆ ਗਿਆ ਉਹ ਕਿਤੇ ਥੱਲੇ ਡੇਕੇ ਥੱਲੇ ਬਿਲਕੁਲ ਬੇਹੋਸ਼ੀ ਨਾ ਆ ਜਾਏ ਉਹ ਇਥੋਂ ਗਰਦਨ ਦੇ ਪੱਠੇ ਇਥੇ ਕਿਨੇ ਬਲੱਡ ਪ੍ਰੈਸ਼ਰ ਵਧੀਆ ਜਿਹਦੇ ਕੋ ਚਲੇ ਜੋ ਯਾਨੀ ਅੰਨੀ ਅੰਨੀ ਤੋਂ ਅੰਨਾ ਧੋੰਦੀ ਕਰੀ ਜਾਂਦੇ ਨੇ ਇਸ ਤਰ੍ਹਾਂ ਉਹਦੀ ਤਹਿਕੀਕ ਉਹਦਾ ਪਤਾ ਹੀ ਨਹੀਂਗਾ ਪਤਾ ਹੋਣ ਦੇ ਬਾਵਜੂਦ ਵੀ ਨਾ ਕੁਝ ਐਮਰਜੈਂਸੀ ਨੂੰ ਐਮਰਜੈਂਸੀ ਸਮਝਦੇ ਹੋਏ ਆਵੇਂ ਦੂਸਰੇ ਨੂੰ ਖੁਸ਼ ਕਰਨੀ ਅਫਰਾ ਤਫਰੀ ਹੈ ਨਾ ਆਪਣੇ ਇਜ਼ਰਾਇਲਵੇਂ ਉਹਦੇ ਤੇ ਵੀ ਯਕੀਨ ਨਹੀਂ ਰੱਖਦੇ ਇਹ ਬੇਯਕੀਨੀ ਦੀ ਹਾਲਤ ਹੈ ਹੁਣ ਇਹਦਾ ਇਲਾਜ ਕੀ ਹੈ ਪਹਿਲਾਂ ਵੇਖੋ ਬੰਦੇਓ ਇਹ ਕਿਉਂ ਵਜਾ ਉਹਦੀ ਪੁੱਛ ਲੋ ਕੀ ਹੋਇਆ ਬਈ ਨਾਲ ਦੇ ਲੋਇ ਕਿਹਨੂੰ ਪੁੱਛ ਲਈ ਤੂੰ ਉਹਨੂੰ ਪੁੱਛ ਲਈ ਤਾਂ ਤੈਨੂੰ ਕੀ ਮਾਮਲਾ ਹੀ ਗਈ ਉਹਨ ਕੋਈ ਸੁਰਤ ਸਦ ਨਹੀਂ ਨਾ ਆਉਂਦੀ ਫਿਰ ਉਹਦੀ ਹਾਲਾਤ ਹੀ ਹਾਜ਼ਰ ਆ ਜਿਹੜੇ ਜਿਹੜਾ ਤਬੀਬ ਹੈ ਜਾਂ ਡਾਕਟਰ ਹੈਗਾ ਉਹਨੂੰ ਪਤਾ ਲੱਗਣਾ ਚਾਹੀਦਾ ਉਹ ਪੜ ਕੇ ਆਇਆ ਹੈ ਕਿ ਦੀਆਂ ਕਇਫਿਆਤ ਕੀ ਹੈ ਤਬੀਬ ਦਾ ਕੰਮ ਹੈ ਤਬੀਬ ਤੇ ਬਸਾਨੀ ਨਾ ਸਮਝਦੇ ਨੇ ਇਨਸ਼ਾ ਅੱਲਾ ਇਹਨਾਂ ਦਾ ਹੈ ਹੀ ਸਾਰੀ ਜੱਜਮੈਂਟ ਕਿਸ ਆਸ ਦੇ ਉੱਤੇ ਸਾਹਮਣੇ ਵੇਖਣਾ ਬੰਦਾ ਕਿਹੋ ਜਿਹਾ ਬੋਲਦਾ ਕਿਵੇਂ ਹੈਗਾ ਦੇਖ ਕੇ ਮੇਰੀਆ ਇਹਦੀ ਹਵਾਸ ਕਿਵੇਂ ਨੇ ਕਿ ਉਹਨੂੰ ਬੁਲਾ ਕੇ ਵੇਖਣਾ ਇਹ ਚੱਲਦਾ ਕਿਵੇਂ ਵੀ ਆਵੇਗਾ ਉਹਦੇ ਤੋਂ ਨੂੰ ਸਵਾਰਾ ਅੰਦਾਜ਼ਾ ਹੋ ਜਾਂਦਾ ਹੈ ਬਸ਼ਰਤੇ ਕਿ ਉਹ ਨੂੰ ਆਪਣੇ ਫੀਲਡ ਦਾ ਪਤਾ ਹੋਵੇ ਪਤਾ ਹੋਵੇ ਫਨ ਹੋਵੇ ਮਾਲੂਮਾ ਹੋਵੇ ਇਲਮ ਹੋਵੇ ਫਿਰ ਦੂਸਰੀ ਸਾੜੇ ਕੋ ਨਬਜ਼ ਵੀ ਆ ਗਈ ਨਬਜ਼ ਤੋਂ ਹੀ ਪਤਾ ਲੱਗਦਾ ਇੱਕ ਘਬਰਾਹਟ ਦੀ ਨਬਜ਼ ਤੇਜ਼ੀ ਨਾਲ ਹੋਈ ਹੈ ਬੀਪੀ ਨਾ ਹੋਈ ਹੈ ਹੁਸਨ ਨਾ ਆਈ ਹੈ ਹੁਸਨ ਦੀ ਘਬਰਾਹਟ ਹੈ ਖੌਫ ਦੀ ਘਬਰਾਹਟ ਉਹਦੇ ਨਾਲ ਬੀਪੀ ਖੌਫ ਨਾਲ ਵੀ ਵਧਿਆ ਹੋਣਾ ਦੂਸਰੀ ਆਪਣੇ ਗੁੱਸੇ ਵਾਲੀ ਨਾਲ ਵੀ ਵਧਿਆ ਹੋਣਾ ਕਿਉਂਕਿ ਕੁਝ ਲੋਕ ਬੀਪੀ ਵਧਣ ਨਾਲ ਮਰ ਵੀ ਜਾਂਦੇ ਨੇ ਉਹ ਜਿਹਦੀ ਆਈ ਉਹਨੇ ਮਰਨਾ ਹੁੰਦਾ ਐਵੇਂ ਨਹੀਂ ਮਰਦੇ ਜਿਹਦੀ ਆਈ ਹੈ ਨਾ ਇਹ ਇਹਨੂੰ ਕਹਿੰਦੇ ਕਾਨੂੰਨ-ਏ-ਫਿਤਰਤ ਤਕਦੀਰ ਉਹ ਸਾਡੇ ਇਲਮ ਚ ਨਹੀਂ ਹੈਗਾ ਉਹਦੀ ਉਦੋਂ ਮੌਕਾ ਆ ਗਿਆ ਸੀਗਾ ਲੇਕਿਨ ਅਸੀਂ ਕਹਿੰਨੇ ਆਗੇ ਮਰ ਗਿਆ ਐਕਸੀਡੈਂਟ ਨਾ ਹੁੰਦਾ ਤੇ ਮਰਦਾ ਨਾ ਇਹ ਮਤਲਬ ਉਹਦੀ ਮੌਤ ਦਾ ਵਕਤ ਸੀ ਇੱਕ ਇਹ ਤੇ ਹੈਗੀ ਸਾਡੀ ਆਮ ਜਿਹੜੀ ਮੈਂ ਦੱਸ ਰਿਹਾ ਨਾ ਇਹਨੂੰ ਕਹਿੰਗੇ ਐਵੇਂ ਜਟਕਾ ਇਹਨੇ ਮਾਰ ਦਿੱਤਾ ਜਟਕਾ ਨਹੀਂ ਹੈਗਾ ਇਹ ਹਕਾਇਕ ਨੇ ਉਹ ਬੀਪੀ ਵਧਿਆ ਆਏਗਾ ਮਰ ਗਿਆ ਵੇਗਾ ਤੇ ਉਹ ਬੀਪੀ ਇਸ ਤਰ੍ਹਾਂ ਹੀ ਦਿਮਾਗ ਦੀ ਸ਼ਰੀਆਨ ਜਦੋਂ ਗੁੱਸਾ ਆਵੇ ਦਿਮਾਗ ਦੀ ਸ਼ਰੀਆਨ ਫਟ ਪੈਂਦੀ ਕਿਸੇ ਨੂੰ ਇੰਨੀ ਖੁਸ਼ੀ ਹੋਈ ਉਹ ਖੁਸ਼ੀ ਦੇ ਨਾਲ ਹੀ ਲਗਾ ਜਾਂਦਾ ਉਹਨੂੰ ਹਾਰਟ ਅਟੈਕ ਹੋ ਪੈਂਦਾ ਹੋ ਪਿੰਦਾ ਹੈ ਨਾ ਇਹ ਮੁxtਲਫ ਔਕਾਤ ਦੇ ਮੁxtਲਫ ਹਾਲ ਲਗੇ ਉਹ ਕਿਉਂ ਹੋ ਰਿਹਾ ਉਹਨੂੰ ਇੱਥੇ ਕਿਹਾ ਇਤਦਾਲ ਤੇ ਲਿਓਣਾ ਚਾਹੀਦਾ ਸੀ ਠੀਕ ਉਹਨੇ ਕਿਸੇ ਦਾ ਹੱਕ ਮਾਰਿਆ ਜਿਹੜੀ ਤਬੀਅਤ ਪਿੱਛੇ ਲੜਦੀ ਪਈ ਸੀ ਜਿਹੜੇ ਇਸ ਤਰ੍ਹਾਂ ਬਾਈਚਾਂਜ ਜਾਂਦੇ ਨਾ ਉਹਦੀ ਤਬੀਅਤ ਦੇ ਵਿੱਚ ਉਹਨੂੰ ਉਹ ਤਹਿਰੀਕ ਚੱਲ ਰਹੀ ਸੀ ਉਹ ਚਲਦੀ ਵੀ ਲੋਕਾਂ ਨੇ ਇਜ਼ਹਾਰ ਨਹੀਂ ਕਰਦਾ ਪਿਆ ਆਪਣੇ ਉਹਨੇ ਬੜਾ ਇਤਜ਼ਾਲ ਤੇ ਰੱਖਿਆ ਸਹੀ ਲੇਕਿਨ ਅੰਦਰੋਂ ਚੱਲਦੀ ਪਈ ਹੈ ਉਹ ਹੁਣ ਜਦੋਂ ਮੁਕਾਬਲਾ ਕਰ ਕਰ ਕੇ ਥੱਕੀ ਤੇ ਟਾਇਪ ਲੱਗਾ ਗਿਆ ਅਜਮ ਫਰਜ਼ਗਰ ਉਹਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਇੱਕ ਤਹਿਰੀਕ ਹੈ ਤਹਿਰੀਕ ਹੈ ਕਿ ਸਬਾਬ ਤੋਂ ਬਗੈਰ ਕੁਝ ਨਹੀਂ ਇਹ ਕਾਇਨਾਤ ਜਿਹੜੀ ਬਣਾਈ ਅੱਲਾਹ ਨੇ ਅਸਬਾਬ ਤੇ ਬਣਾਈ ਹੋਈ ਹੈ ਲੜਦਾ ਪਿਆ ਉਹਦੇ ਕਿਸੇ ਗੱਲ ਤੇ ਲੜਾ ਕਿ ਮੈਂ ਹੈ ਕੀ ਰਸ ਕਰੀ ਹੁਣ ਹੋ ਜੇ ਇਸ ਤਰ੍ਹਾਂ ਜੇ ਸਾਹਮਣੇ ਸਾਡੇ ਬਲੱਡ ਪ੍ਰੈਸ਼ਰ ਵਧ ਗਿਆ ਹੈ ਹਾਂ ਉਹਦੇ ਵਾਸਤੇ ਕੀ ਹੈ ਉਹਦੇ ਵਾਸਤੇ ਵੇਖੋ ਜੀਤੇ ਹੈਗਾ ਗੁੱਸੇ ਨਾਲ ਵਧਿਆ ਹੁਣ ਪਾਣੀ ਵੀ ਪਿਲਾ ਲੀਦਾ ਨਾ ਕੋਠ ਹੁਣ ਥੋੜਾ ਜਿਆਦਾ ਆਸੇ ਪਾਸੇ ਉਹ ਠੰਡੀ ਹਵਾ ਵਿੱਚ ਜ਼ਰਾ ਗਦਈਦਾ ਠੰਡਕ ਆਏ ਸਕੂਨ ਆਏ ਪਾਣੀ ਪੀਉਣ ਦਾ ਮਕਸਦ ਵੀ ਹੈ ਕੁੜੀ ਦੋ ਕਰਾ ਕੇ ਤੁਨ ਠੀਕ ਉਹਨਾਂ ਜ਼ਰਾ ਚੀਨੀ ਮੂਝ ਪਵਾ ਦਿਓ ਠੀਕ ਉਹਨੂੰ ਨਮਕ ਭੋਰਾ ਵੀ ਛਿਟਾ ਦਿਓ ਵਧਿਆ ਬੀਪ ਨਮਕ ਭੋਰਾ ਗਿਟਾ ਦਿਓ ਉਹਨੇ ਚੀਨੀ ਪਿਲਾ ਦਿਓ। ਉਹਦੀ ਹਵਾ ਨਿਕਲ ਜਾਣੀ। ਨਹੀਂ ਤੋ ਕਹਿੰਦੇ ਨਮਕ ਉਹ ਕਹਿੰਦੇ ਨੇ ਨਾ ਤਜਰਬਾ ਕਰਕੇ ਦੇਖ ਲਓ। ਅੱਛਾ। ਜਿੰਨੀਆਂ ਡਾਕਟਰ ਦਵਾਈਆਂ ਦਿੰਦੇ ਨੇ ਕਿ ਸਾਰੀਆਂ ਨਮਕੀਆਤ ਨੇ مختلف ਕੈਮਿਸਟਰੀ ਜਿਹੜਾ ਪੜਿਆ ਉਹਨੂੰ ਪਤਾ ਲੱਗਦਾ ਵਗੀ ਨਾ ਸਾਰੀ ਨਮਕੀਆਤ ਨੇ। ਠੀਕ। مختلف ਨਮਕੀਆਤ ਨੇ। ਸਹੀ। ਜਾਂ ਚੀਨੀ ਖਵਾ ਦਿਓ, ਨਮਕ ਛਿੜਾ ਦਿਓ। ਠੰਡਾ ਮਾਹੌਲ। ਹਾਂਜੀ ਤੁਹਾਡਾ ਆਪਣਾ ਨਮਕ ਜਿਹੜਾ ਖਾਣਾ ਉਹਨੂੰ ਭੋਰਾ ਛਿੜਾ ਦਿਓ, ਚੀਨੀ ਪੂਛਿਟਾ ਦਿਓ। ਉਹਨੇ ਤਾਂ ਰਿਲੀਜ਼ ਕਰ ਨਮਕ ਮੂੰਹ ਚ ਪਾ ਗਏ ਲੋ ਪਾਣੀ ਪਾਣੀ ਕਰ ਦਿੰਦਾ। ਉਨੇ ਸ਼ਰੀਆਂ ਨੂੰ ਐਂਜੀਟੀਆਂ ਕਰਨਾ ਬੀਪੀ ਥੱਲੇ ਚੀਨੀ ਮੂਹ ਜਭਾ ਕੇ ਵੇਲ ਪਾਣੀ ਰਤੂਬਤ ਪੈਦਾ ਹੋਣੀ ਬੀਪੀ ਥੱਲੇ ਅਗਰ ਬੀਪੀ ਤੁਹਾਡਾ ਖੌਫ ਦੀ ਵਜ੍ਹਾ ਨਾਲ ਹੈ ਉਹਨੂੰ ਹੌਸਲਾ ਵੀ ਦੇਣਾ ਨਾਲ ਹਿੰਮਤ ਦੇਣੀ ਹੈ ਕਿ ਅਸੀਂ ਤੇਰੇ ਨਾਲ ਆਂਗੇ ਉਹਦਾ ਖੌਫ ਦੂਰ ਕਰਨ ਨਾਲ ਦੂਸਰੇ ਨੰਬਰ ਤੇ ਉਹਨੂੰ ਕੋਈ ਲੌਂਗ دار ਚੀਨੀ ਦਾ ਕਹਾਵਾ ਪਿਆ ਦਿਓ ਉਹਨੂੰ ਲੌਂਗ ਖਵਾ ਦਿਓ ਠੀਕ ਹੈ ਉਹਨੂੰ ਕੋਈ ਐਸੀ ਚੀਜ਼ ਤੇਜ਼ ਪੱਤੀ ਦੀ ਚਾਹ ਪਿਆ ਦਿਓ ਕਾਫੀ ਪਿਆ ਦਿਓ ਜਿਹੜੀ ਮਿੱਧੀ ਹ ਸਿਰ ਠੀਕ ਇਹ ਤੇ ਹੁਣ ਤੁਸੀਂ ਮੁਕ ਉਹਦਾ ਸਬੱਬ ਵੇਖਣਾ ਸਬੱਬ ਕੀ ਬਣਦਾ ਹੈ ਜੇ ਉਹ ਬੀਪੀ ਖੋਫ ਨਾਲੇਗਾ ਫਿਰ ਇਹ ਕੰਮ ਕਰਨਾ ਤੇ ਜੇ ਤੁਸੀਂ ਉਹ ਖੋਫ ਨਾਲੇ ਦੇ ਬੀਪੀ ਹੋਰ ਤੋੜ ਦਿੱਤਾ ਤੇ ਉਹਨੇ ਲੰਮਾ ਹੀ ਪੈ ਜਾਣਾ ਸ਼ਾਇਦ ਹਾਰਟ ਅਟੈਕ ਹੋ ਜਾਈ ਜਾਂ ਉਹਨੂੰ ਪਚੀਦਾ ਮਰਦ ਲੱਗ ਜਾ ਤੇ ਜਦੋਂ ਘਾਟ ਹੋਵੇ ਜਦੋਂ ਘਾਟ ਹੋਵੇ ਉਹ ਜਿਹੜਾ ਖੋਫ ਨਾ ਵਧਿਆ ਉਹ ਘਾਟ ਹੀ ਸੀਗਾ ਅੱਛਾ ਠੀਕ ਹੈ ਉਹਨੂੰ ਵਧਾਉਣ ਵਾਸਤੇ ਫਿਰ ਲੌਂਗ ਦੇ ਦੇਓ ਲੌਂਗਦਾਰ ਜੀਨੀ ਜਾਂ ਛੁਆਰੇ ਜੀ ਪੂਰਾ ਚਟਾਤ ਖਵਾ ਦਿਓ ਕੋ ਹੋਰ ਘਰ ਦੇ ਵਿੱਚ ਕਿਹੜੀ ਚੀਜ਼ ਹੋਏਗੀ ਕੋਈ ਚੀਜ਼ ਮਯਸਰ ਹੁੰਦੀ ਮਸਲਨ ਮਿਰਚੀ ਹੁੰਦੀ ਗਾ ਲਾਲ ਮਿਰਚੀ ਹੁੰਦੀ ਉਹ ਜ਼ਰਾ ਗੁਲਾ ਦਿਓ ਜੀ ਜ਼ਬਾਨ ਤੇ ਠੀਕ ਹੈ ਅੰਡੇ ਹੁੰਦੇ ਨੇ ਅੰਡਾ ਉਹਨੂੰ ਉਬਾਲ ਕੇ ਜ਼ਰਦੀ ਨਮਕ ਲਾ ਕੇ ਦੇ ਦਿਓ ਮਿਰਚ ਲਾ ਕੇ ਦੇ ਦਿਓ ਜ਼ਰਾ ਠੀਕ ਹੈ ਤੇਜ਼ ਪੱਤੀ ਦੀ ਚਾਹ ਉੱਥੇ ਵੀ ਆ ਜਾਣੀ ਜਿਹੜਾ ਘਟਿਆ ਉੱਥੇ ਉਹ ਕੰਮ ਠੀਕ ਹੋ ਜਾ ਕਾਵਾ ਦੇ ਦਿਓ ਪੱਤੀ ਦਾ ਕਾਵਾ ਕਿਸੇ ਤਰ੍ਹਾਂ ਹਰਾਰਤ ਪਹਚਾਉਣੀ ਹੈ ਜੀ ਹਰਾਰਤ ਤੇ ਸਕੇੜ ਪਹਚਾਉਣੀ ਹੈ ਜਿਹਦਾ ਬੀਪੀ ਲੋ ਹੈ ਉਹਦੇ ਦਿਲ ਨੂੰ ਉਹਦੀ ਅਜ਼ਲੀਆਂ ਨੂੰ ਸਕੇੜ ਜ਼ਰਾ ਪਹਚਾਉਣੀ ਪੰਪਿੰਗ ਕਰ ਦੇਣੀ ਠੀਕ ਉਹਦੀ وجہ ਤੇ ਥੋੜਾ ਉਹਦੀ وجہ ਤੋਂ ਆਇਆ ਨੂੰ ਖੌਫਤਾਰੀ ਹੋਇਆ ਜਾਂ ਕੋਈ ਹਮਦਰਦੀ ਜਾਂ ਕੋਈ ਸਦਮਾ ਐ ਸਾ ਪਹੁੰਚ ਗਿਆ ਲੋ ਗਿਆ ਪਿੱਛੇ ਉਹਦੇ ਵੀ ਤਹਿਰੀਕ ਹੈ ਯਾਨੀ ਉਹਦੇ ਵੀ ਪਿੱਛੇ ਕੋਈ ਨਾ ਕੋਈ ਜਜ਼ਬਾ ਹੈ ਜਜ਼ਬਾ ਹੈ ਜਿਹਦੇ ਵਜਾ ਤੋਂ ਉਹ ਇਤਨਾ ਉਹ ਭਾਵੇਂ ਦਵਾਈਆਂ ਖਾਣ ਨਾ ਹੋ ਗਿਆ ਭਾਵੇਂ ਗਿਜ਼ਾ ਖਾਣ ਨਾ ਹੋ ਗਿਆ ਭਾਵੇਂ ਉਹਦੇ ਕੰਮ ਕਾਜ ਦੀ ਬਿਨਾ ਤੇ ਕੋਈ ਆ ਗਿਆ ਜਜ਼ਬਾ ਉਹਨੂੰ ਸੋਚ ਆਈ ਕੰਮ ਨਹੀਂ ਹੋ ਪਾ ਰਿਹਾ ਜਾਂ ਉਹਨੂੰ ਕਿਸੇ ਦਾ ਖੌਫ ਆਇਆ ਪਿਆ ਕੋਈ ਜਜ਼ਬਾ ਜ਼ਰੂਰ ਪਿੱਛੇ ਪਿੱਛੇ ਸਬਬ ਜ਼ਰੂਰ ਹੈ ਠੀਕ ਹੈ ਉਹ ਸਬਬ ਨੂੰ ਲੱਭਣਾ ਤਬੀਬ ਦਾ ਕੰਮ ਮਾਲੀ ਦਾ ਕੰਮ ਡਾਕਟਰ ਦਾ ਕੰਮ ਉਸ ਫੀਲਡ ਦੇ ਮਾਹਿਰ ਦਾ ਕੰਮ ਹੈ ਜਿਹਦੇ ਕੋਲ ਜਾਣੇ ਜਿਹਦੇ ਕੋਲ ਜਾਂਦਾ ਹੈ ਆਇਆ ਉਹ ਆਪਣੇ ਫੰਡ ਦੇ ਵਿੱਚ ਇੰਨੀ ਮਹਾਰਤ ਰੱਖਦਾ ਰੱਖਣੀ ਚਾਹੀਦੀ ਜਿੱਥੋਂ ਤੱਕ ਉਹਦਾ ਵਾਸ ਚੱਲੇ ਜ਼ਰੂਰੀ ਨਹੀਂ ਕਿ ਸਾਰਾ ਹੀ ਹੋ ਜਾਏ ਜਿੱਥੋਂ ਹਰ ਬੰਦੇ ਦਾ ਆਪਣੇ ਨੌਲੇਜ ਦਾ ਆਹਤ ਆਏਗਾ